पंजाब दे विच लुट्टां खोहां दीआं वारदातां लगातार वधदीआं जा रहीआं ने। इन्हां लुटेरियां दे हौसले इन्ने ज़्यादा बुलंद ने कि दिन दिहाड़े इह वड्डीआं वड्डीआं चोरीआं ते लुट्टां कर बैठदे ने ते पुलिस प्रशासन हथ मलदे रहि जांदा है। हुण ताज़ा मामला फिरोज़पुर कैंट DRM दफ्तर दे कोलों सामने आया, जिथे कि लुधियाने तो एक व्यापारी आया होया सी अपने पैसे लैण दे लई। इस व्यापारी तो 4.5 लाख रुपए लुट ले गए ने। जी हाँ, जिस समय यह व्यापारी लुधियाना तो फिरोजपुर पहुंचा सी पैसे लैण दे लई, पर जिस दौरान उसने पैसे लए तो 3 लुटेरे आउंदे ने ते हथियारां दी नोक दे उत्ते 4.5 लाख रुपए लैके फरार हो जांदे ने। हालांकि इस शख्स दे वल्लों बैग नूं वापस खिंचण दी कोशिश भी कीती गई पर नाकाम रहा ते लुटेरे सारे पैसे लैके मिंटां सकिंटां दे विच फरार हो गए। पीड़ित ने दस्या कि टायरां दी दुकान तों वसूली करन लई आया सी, जिस दौरान उस दे नाल इह सारी घटना वापरी है। हालांकि पीड़ित इस वेले बयान देने की हालत दे विच नहीं सी, पर फिर भी उस दे वल्लों जो बयान दित्ते गए ने तुहानूं सुना दिंदे आं। 4.5 लाख रुपए की हुई है, कितनी हुई है लुट? कि जगह पे? जगह स्टेशन पे। अच्छा, किसी काम की करते हैं क्यों? तुसी बिजनेस करते हैं? कादा टायरां दा? टायरां दा। किन्ने बंदे आए सीगे? 3 बंदे। अच्छा, ते किवें लै गए तुहाडे कोल? पिस्तौल दी नोक नाल लै गए। पिस्तौल दी? हां, आ देखो मेरी उहनां नाल लड़ाई हुई है। ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ? ਕਰ ਰਹੀ ਹੈ। ਕੀ ਮੰਗ ਕਰਦੇ ਹੋ? ਪੈਸੇ ਵਾਪਸ ਦਿਵਾਉਣ ਤੁਹਾਡੇ? ਮੈਂ ਤੁਹਾਨੂੰ ਆਏ ਕਾਹਦੇ ਤੇ ਸੀਗੇ? ਆਟੋ 'ਚ ਸੀਗਾ। ਉਹ ਆਟੋ 'ਤੇ ਆਏ ਸੀਗੇ ਤੇ ਤੁਸੀਂ? ਮੈਂ ਆਟੋ ਸੀਗਾ, ਉਹ ਮੋਟਰਸਾਈਕਲ 'ਤੇ। ਮੋਟਰਸਾਈਕਲ 'ਤੇ ਆਏ? ਪੈਸੇ ਕਿੰਨੇ ਸੀ? 4.5 ਲੱਖ। ਮੋਟਰ ਦਾ ਨੰਬਰ ਉਹ ਲਿਖਿਆ? ਕੁਛ ਨਹੀਂ। ਕੀ ਨਾਮ ਹੈ ਤੁਹਾਡਾ ਪੂਰਾ? ਕਿਸ਼ੋਰ ਕੁਮਾਰ। ਉੱਥੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ। ਇਹਦੇ ਬਾਰੇ ਕੁਝ ਕਲੀਅਰ ਨਹੀਂ ਹੋ ਰਿਹਾ ਜੀ, ਕਿਉਂਕਿ ਇਹਦੇ ਕੋਲ ਜਿਹੜਾ ਲੁਧਿਆਣੇ ਤੁਰ ਲੱਗੇ ਉਹ ਪੈਸੇ ਸੀਗੇ, ਕੁਛ ਇਹਨੇ ਇੱਥੋਂ ਕਲੈਕਸ਼ਨ ਕੀਤੀ ਆ, ਪਰ ਘਬਰਾਇਆ ਇੰਨਾ ਪਿਆ ਵੀ ਕੋਈ ਦੱਸ ਨਹੀਂ ਰਿਹਾ। ਇਹ ਕਲੈਕਸ਼ਨ ਕਿਸ ਚੀਜ਼ ਦੀ ਨਹੀਂ ਕੀਤੀ ਹੈ? ਟਾਇਰਾਂ ਦੀ। ਟਾਇਰਾਂ ਦੀ? ਟਾਇਰਾਂ ਦੀ, ਲਾਇਬਿਲਿਟੀ ਦੀ। ਕੀ ਨਾਮ ਹੈ ਇਸ ਬੰਦੇ ਦਾ? ਨਾਮ ਹੀ ਅਜੇ ਨਹੀਂ ਪੂਰਾ ਤੇਰਾ ਦੱਸ ਰਿਹਾ ਹੈ। ਘਬਰਾਇਆ ਪਿਆ, ਜੇ ਜਾਵਾਂਗੇ ਲੁਧਿਆਣੇ ਇਹਦੇ ਮਾਲਕ ਨਾਲ ਗੱਲ ਕਰਾਂਗੇ, ਫਿਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਜਿਹੜੀ ਹੋਈ ਹੈ ਕਿੱਥੇ ਹੋਈ ਹੈ? ਉਹ ਭਾਈ ਘਨਈਆ ਜਿੱਥੇ ਨਹੀਂ ਬਣੀਆਂ ਮੂਰਤੀਆਂ ਉਹਦੇ ਲੱਗੇ। ਹੁਣ ਤੁਸੀਂ ਕੀ ਕਰਦੇ ਹੋ? ਅਸੀਂ ਇਹਨਾਂ ਨੂੰ ਚੱਲੇ ਜੀ, ਬਿਆਨ ਲਿਖਦੇ ਹਾਂ, ਜੋ ਲਿਖਾਏਗਾ ਕਾਰਵਾਈ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਹੁਣ ਦਿਨ ਦਿਹਾੜੇ ਵੱਡੀਆਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ। ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਇਸ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਦਾ ਡਰ ਇਹਨਾਂ ਚੋਰਾਂ ਨੂੰ ਲੁਟੇਰਿਆਂ ਨੂੰ ਤੇ ਠੱਗਾਂ ਨੂੰ ਕਿਉਂ ਨਹੀਂ ਰਿਹਾ। ਤਾਂ ਲੋੜ ਹੈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ, ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ, ਤਾਂ ਜੋ ਅਜਿਹਾ ਕੁਝ ਨਾ ਹੋਵੇ, ਤਾਂ ਜੋ ਅਜਿਹੀਆਂ ਵਾਰਦਾਤਾਂ ਰੋਕੀਆਂ ਜਾ ਸਕਣ ਤੇ ਆਮ ਲੋਕ ਸੁਰੱਖਿਅਤ ਜੀਵਨ ਜੀ ਸਕਣ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।